ਨੂੰ ਪਿਆਰਾ ਪਿਆਰਾ ਕਹਿ ਕੇ ਕੁਝ ਸੰਭਾਲਣ ਵਾਸਤੇ ਆਖਿਆ। ਆਪਾਂ ਨੂੰ ਕਈ ਵਾਰ ਆਪਣੇ ਵੱਡੇ ਬਜ਼ੁਰਗ ਸਿਆਣੇ ਉਹ ਕਹਿੰਦੇ ਨੇ ਬੱਚਿਓ ਆ ਕੁਝ ਵੀ ਨਾਲ ਜਾਣ ਪਰ ਦੋ ਪੰਕਤੀਆਂ ਰਹਿੰਦੀਆਂ ਜਿਹਦੇ ਵਿੱਚ ਮਹਾਰਾਜ ਕਹਿੰਦੇ ਸਤਿਗੁਰੂ ਕਾ ਬੜੇ ਪਿਆਰ ਸਤਿਕਾਰ ਸਹਿਤ ਮਹਾਰਾਜ ਨੂੰ ਮੱਥਾ ਟੇਕਿਆ ਹੈ। ਫਿਰ ਸੰਗਤ ਵਿੱਚ ਬੈਠ ਕੇ ਆਪਾਂ ਗੁਰੂ ਕੀ ਬਾਣੀ ਸਰਵਣ ਕਰ ਰਹੇ ਹਾਂ। ਇਹ ਜਿਹੜਾ ਇਲਾਕਾ ਹੈ ਇਹ ਬਹੁਤ ਹੀ ਭਾਗਾਂ ਵਾਲਾ ਇਲਾਕਾ ਹੈ। ਇਸ ਇਲਾਕੇ ਦੇ ਵਿੱਚ ਵੱਡੇ ਵੱਡੇ ਮਹਾਂਪੁਰਖ ਹੋਏ ਨੇ, ਬਾਬਾ ਅਮਰ ਸਿੰਘ ਦੀ ਕਿਰਤੀ ਵਰਗੀ, ਉਹਨਾਂ ਦੇ ਪੜ੍ਹਾਏ ਹੋਏ ਸਿੰਘ ਗ੍ਰੰਥੀ ਵਿਦਿਆਰਥੀ ਇਲਾਕੇ ਦੇ ਵਿੱਚ ਵੀ ਅਤੇ ਦੂਰ ਦੁਰਾਡੇ ਵੀ, ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਬਾਬਾ ਅਮਰ ਸਿੰਘ ਜੀ ਕਿਰਤੀ ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ। ਸ਼ੁੱਧ ਗੁਰਬਾਣੀ ਦਾ ਪਾਠ ਬਾਬਾ ਅਮਰ ਸਿੰਘ ਜੀ ਕਿਰਤੀ ਮਹਾਂਪੁਰ ਉਹਨਾਂ ਦੀ ਬੜੀ ਵੱਡੀ ਕਮਾਈ। ਐਸੇ ਮਹਾਂਪੁਰਖ ਅੱਜ ਦੇ ਯੁੱਗ ਵਿੱਚ ਮਿਲਣੇ ਬਹੁਤ ਔਖੇ ਲੈਂਦੇ ਆ। ਕਹਿੰਦੇ ਚੋਲੀ ਕਰੋ, ਜਿੱਥੇ ਬੈਠੇ ਸਨ ਉਹ ਦਰੀ ਉਹ ਚਾਦਰ ਚੁੱਕੀ, ਉਹਦੇ ਥੱਲਿਓ ਮਾਇਆ ਕੱਢੀ, ਭੁੱਖ ਭਰ ਕੇ ਝੋਲੀ ਵਿੱਚ ਪਾ ਦਿੱਤਾ। ਉਹ ਮਾਇਆ ਕਈ ਦਿਨ ਅਸੀਂ ਵਰਤਦੇ ਰਹੇ, ਉਹ ਮਾਇਆ ਮੁੱਕੀ ਨਹੀਂ। ਸੰਦੂਲਗੜ੍ਹ ਜਾ ਕੇ ਉਸ ਮਾਇਆ ਦੇ ਨਾਲ ਕਾਫੀ ਸਾਰਾ ਸਮਾਨ ਖਰੀਦਿਆ, ਖਾਣ ਵਾਸਤੇ ਫਲ ਫਰੂਟ ਹੋਰ ਚੀਜ਼ਾਂ ਵੀ ਲਈਆਂ। ਉਹ ਕਈ ਦਿਨ ਉਸ ਮਾਇਆ ਨੂੰ ਵਰਤਦੇ ਰਹੇ, ਮਾਇਆ ਮੁੱਕਣ ਵਿੱਚ ਹੀ ਨਾ। ਪਤਾ ਕਿਉਂ? ਬਾਬਾ ਅਮਰ ਸਿੰਘ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਆ
इतने साथ संगत दुनिया में ताजा पर आए बैठे अपन दुनिया के उत्ते जन्म लैके आ रहे हैं ते कोई दुनिया तो अपना समा पूरा करके जा रहे हैं आप देख रहे हैं उन्होंने आप शामिल पर सतगुरु महाराज की बाणी के नाल जुड़ के देखिए फिर पता लग ध्रुव भगत प्रहलाद भगत अज आप करिए कीर्तन करिए सुनिए आप सारे बाणी में जो आप सारे साझी आवाज आऊगी वो की महाराज कहेंगे राम जपो जी ऐसे ऐसे ध्रुव प्रहलाद जपो जैसे गुरु ग्रंथ साहब जी के आवाज आई अपने सारे वास्ते महाराज कहते हे दुनिया के लोगो जे रब का नाम जपना तो इस तरह जपो जिवें पांच साल के ध्रुव ने जपे प्रहलाद ने जपे वह पांच साल की उम्र के ऐसा जपया कि पांच साल की उम्र के रब न प्रवान हो सतगुरु महाराज कृपा कर उम्र भावें पांच साल है पच्ची साल है पचहत्तर साल है पर जदों भी सोची आ गई ना संगत विचों बस गुरु के चरण फड़ लो रहिंदा समा अपना सफल कर सकते सतगुरु महाराज कृपा कर कृपा के नाल ही गुरु घर आया जाता है गुरु के दर्शन किए जाते हैं बाणी पढ़ी जाती है बाणी सुनी जाती है ऐसे स्थान के उत्ते कल महाप्राप्त किया दमदमी टकसाल के सारे सिंह आए इतने भी गुरु गुरमुख प्यारे दमदमी टकसाल के नाल संबंधित वो रेंदे ने सेवा निभाते हैं ता ही समागम होंगे समागम भी इस वास्ते रचे जाते हैं कि असी गुरु के चरणों के नाल जुड़ जाए बाणी के नाल जुड़ जाइए गुरसिखी के नाल जुड़ जाइए Thank you.
दर्शन उपदेश जी का ध्यान
Oh,
ਉਸੇ ਰਸਤੇ
ਜਿਹੜੇ ਮਾਰਗ 'ਤੇ ਸਾਨੂੰ ਜਾਣ ਦਾ ਵਿਚਾਰ ਸਿਖਾਂਦਾ, ਜਿਵੇਂ ਭੁਪਿੰਦਰ ਸਿੰਘ ਨਾਲ ਇਹ ਮੌਤ ਦਾ ਸੋਹਣੇ ਸਮੇਂ ਦੇ ਵਿੱਚ ਉਹਨੂੰ ਇਹ ਮੌਤ ਲੈ ਕੇ ਬੈਠੀ, ਬਿਮਾਰੀਆਂ ਜਿਹੜੀਆਂ ਹੈ ਇਹ ਜਿਹਨਾਂ ਨੂੰ ਬਿਮਾਰੀਆਂ ਨੇ ਉਹਨਾਂ ਦਾ ਕੋਈ ਵੀ ਗਾਣਾ ਨਹੀਂ। ਜਿਹੜੇ ਸਾਡੇ ਈਸ਼ਵਰ ਵਰਗੀਆਂ ਬਿਮਾਰੀਆਂ ਨੇ, ਗੁਰਦੇ ਫੇਲ ਹੋ ਜਾਣੇ, ਲਿਵਰ ਫੇਲ ਹੋ ਜਾਣਾ, ਇਹ ਸਾਰਾ ਸਰੀਰ ਜ਼ਿੰਦਗੀ ਜਿਹੜੀ ਉਸ 'ਤੇ ਚੱਲਣੀ ਹੈ। ਜਿਵੇਂ ਬਾਬਾ ਜੀ ਪਹਿਲਾਂ ਗੱਲ ਕਰਕੇ ਹੁੰਦੇ ਸੀ, ਸਮਝਾ ਰਹੇ ਸੀ ਜੀਵਨ ਦੇ ਵਿੱਚ ਕਿ ਜੋ ਬੱਚਾ ਹੁੰਦਾ ਹੈ ਮਾਂ ਪਿਓ ਨੂੰ ਕਿਵੇਂ ਪਾਲਦਾ, ਕਿਵੇਂ ਉਸਦੀ ਦੇਖ ਰੇਖ ਕਰਦਾ, ਉਹ ਮਚੁੰਮਣ ਤੋਂ ਲੈ ਕੇ ਤਿੰਨਾਂ ਬੰਦੇ ਦੀਆਂ ਇਨਸਾਨ ਦੀਆਂ ਉਮਰਾਂ ਦੱਸੀਆਂ ਜਾਂਦੀਆਂ, ਇੱਕ ਬਚਪਨ, ਇੱਕ ਜਵਾਨੀ, ਇੱਕ ਬੁਢਾਪਾ। ਤਿੰਨੇ ਜਵਾਨੀ ਦੇ ਵਿੱਚ ਉਮਰ ਦੇ ਵਿੱਚ ਜਿਹੜੀਆਂ ਹੈ ਸਰੀਰ ਨੂੰ ਕਿੰਨੀਆਂ ਤਕਲੀਫਾਂ ਆਉਂਦੀਆਂ। ਬਚਪਨ ਹੈ ਉਹ ਮਾਤਾ ਨੂੰ ਪਤਾ ਹੈ ਕਿਵੇਂ ਉਹਦੀ ਬਿਮਾਰੀ ਹੈ, ਤਕਲੀਫ ਹੈ, ਕਿਵੇਂ ਰੋਂਦਾ ਹੈ, ਕਿਵੇਂ ਉਹਦਾ। ਸਾਡੇ ਘਰ ਵਿੱਚ ਵੀ ਹੁੰਦਾ ਸੀ ਅਕਸਰ ਅਸੀਂ ਇਕੱਠੇ ਆਉਣਾ, ਬਹੁਤ ਵਧੀਆ ਸਵਾਹ ਹਸਮ, ਹਮੇਸ਼ਾ ਹੱਸਦੇ ਇਹਨਾਂ ਨੂੰ ਦੇਖਿਆ, ਹਮੇਸ਼ਾ ਇਹਨਾਂ ਨੂੰ ਹੱਸਦੇ ਹੀ ਰਹੇ। ਮੇਰੇ ਨਾਲ ਲੰਮਾ ਵਾਹ ਵੀ ਰਿਹਾ ਉਹਨਾਂ ਦਾ, ਪਰ ਇਸ ਗੱਲ ਦਾ ਨਹੀਂ ਪਤਾ ਸੀ ਕਿ ਐਡੀ ਛੇਤੀ ਅਤੇ ਇਹੋ ਜਿਹੀ ਗੰਦੀ ਬਿਮਾਰੀ ਨਾਲ ਉਹਨਾਂ ਦਾ ਅੰਤ ਹੋ ਜਾਂਦਾ। ਉਹਨਾਂ ਦੀ ਜਿਹੜੀ ਸੋਚ ਉਹਨਾਂ ਦੇ ਬੇੜੇ 'ਚ ਝੜਦੀ ਆ, ਜਿਹੜੇ ਇੱਕ ਸਮਾਜਿਕ ਕੰਮ ਲੈ ਕੇ ਚੱਲੇ ਹੋਏ ਨੇ, ਅਤੇ ਮੈਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਜੋ ਵੀ ਉਹਨਾਂ ਦੀ ਸੋਚ ਸੀ ਆਪਦੇ ਪੁੱਤਰ ਦੇ ਵਿੱਚ ਉਹਨਾਂ ਨੇ ਦੇਖਣੀ ਚਾਹੁੰਦੇ ਸੀ, ਉਹ ਵਾਹਿਗੁਰੂ ਉਹਨਾਂ ਦੇ ਹੱਥ ਰੱਖੇ, ਆਸ਼ੀਰਵਾਦ ਦੇਵੇ ਅਤੇ ਉਹਨਾਂ ਦੀ ਸਪੂਰਨ ਹੋਵੇ ਉਹ ਸੋਚ, ਜੋ ਇੱਕ ਸਮਾਜਿਕ ਕੰਮ ਨੂੰ ਲੈ ਕੇ ਉਹ ਚੱਲੇ ਹੋਏ ਨੇ। ਬਾਕੀ ਰਹੀ ਮੇਰੇ ਛੋਟੇ ਵੀਰ ਸੁੱਖੀ ਦੀ ਗੱਲ, ਮਾਂ ਪਿਓ ਦੀ ਸਦਾ ਜ਼ਰੂਰਤ ਆ। ਮਾਂ ਪਿਓ ਦੀ ਆਪਾਂ ਅਕਸਰ ਅਫਸੋਸ ਕਰਨ ਜਾਂਦੇ ਹਾਂ ਬਹੁਤ ਥਾਵਾਂ 'ਤੇ, 85-90 ਸਾਲ ਦੀ ਉਮਰ 'ਚ ਵੀ ਮਾਂ ਪਿਓ ਦੀ ਘਾਟ ਮਹਿਸੂਸ ਹੁੰਦੀ ਹੈ। ਜਦੋਂ ਆਪਾਂ ਆਪਣੇ ਮਾਂ ਪਿਓ ਵੱਲ ਨਿਗਾਹ ਮਾਰਦੇ ਹਾਂ ਉਦੋਂ ਆਪਾਂ ਨੂੰ 90-95-100 ਸਾਲ ਦੀ ਉਮਰ ਘੱਟ ਲੱਗਦੀ ਆ, ਪਰ ਜਿਹੜੇ ਕਿਤੇ ਆਪਾਂ ਅਫਸੋਸ ਕਰਦੇ ਹਾਂ ਆਪਾਂ ਅਫਸੋਸ ਕਰਕੇ ਉਹ ਠੁੱਕ ਕੱਢਦੇ ਹਾਂ, ਕਿਉਂਕਿ ਅਹਿਸਾਸ ਵੀ ਆਪਾਂ ਨੂੰ ਉਸ ਦਰਦ ਦਾ ਹੋਇਆ ਹੁੰਦਾ ਜਿਸ ਦਰਦ ਵਿੱਚ ਵੀ ਉਹ ਬੱਚੇ ਨੇ ਲੰਘਣਾ ਹੁੰਦਾ ਜਾਂ ਉਹਨਾਂ ਦੇ ਪਰਿਵਾਰ ਨੇ ਲੰਘਣਾ ਹੁੰਦਾ, ਜਿਹਨਾਂ ਨੂੰ ਉਹ ਛੋੜਾ ਅਤੇ ਪਿਆ ਹੁੰਦਾ ਜਾਂ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੁੰਦਾ ਅੱਗੇ, ਕਿਉਂਕਿ ਜਿਹੜਾ ਮੁਖੀ ਹੁੰਦਾ ਘਰ ਦਾ ਉਹ ਹਰੇਕ ਆਪਦੀ ਇਹੋ ਜਿਹੀ ਸੋਚ ਲੈ ਕੇ ਚੱਲਿਆ ਹੁੰਦਾ ਜਿਹਦੇ ਘਰ ਦੇ ਜੀਆਂ ਨੂੰ ਪਤਾ ਵੀ ਨਹੀਂ ਹੁੰਦਾ, ਅਤੇ ਅਚਾਨਕ ਜਾਣਾ ਉਹ ਸਾਰਾ ਕੁਛ ਹੀ ਆਪਣੇ ਜਮ੍ਹਾਂ ਸ਼ੂਨਿਆਂ ਤੋਂ ਸਟਾਰਟ ਕਰਨ ਵਾਲੀ ਗੱਲ ਹੋ ਜਾਂਦੀ ਹੈ। ਜ਼ਿੰਦਗੀ ਦੀ ਪਰਿਵਾਰ ਨੂੰ ਉਹ ਸਦਮੇ 'ਚੋਂ ਨਿਕਲਦਿਆਂ ਸਮਾਂ ਲੱਗਦਾ ਹੈ, ਵਕਤ ਖਰਾਬ ਹੁੰਦਾ ਹੈ, ਹੋਰ ਕਈ ਅਧੀਨਾਂ 'ਚ ਉਲਝਦਾ ਪਰਿਵਾਰ, ਪਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰੂੰਗਾ ਮੇਰਾ ਵੀਰ ਜਿਹੜੀ ਆ ਸੋਚ ਲੈ ਕੇ ਚੱਲਿਆ ਸਮਾਜਿਕ ਕੰਮਾਂ ਦੀ, ਆ ਸਪੋਰਟ ਨੂੰ ਵੇਖ ਲਈ ਇੰਨਾ ਕਹਿੰਦਾ ਹੋਇਆ ਤੁਹਾਡੇ ਆਗਿਆ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਬਹੁਤ ਸਿਆਣੇ ਬੁਲਾਰਿਆਂ ਨੇ ਪ੍ਰਚਾਰ ਕੀਤਾ, ਗੱਲ ਦੱਸੀ, ਉੱਥੇ ਬਹੁਤ ਲੰਬੀ ਗੱਲ ਕਰ ਲਈ ਅੱਗੇ ਵੱਧ, ਪਰ ਜਿਸ ਤਰ੍ਹਾਂ ਸਮਾਜ ਬਣੇ ਵੀ ਲੋਕ ਹਾਜ਼ਰ ਹੋਣ ਨਾਲ ਦੁੱਖ ਘਟਦੇ ਹੈ, ਸੁੱਖ ਬਣਾਉਣ ਨਾਲ ਸੁੱਖ ਵੱਧਦੇ, ਉਸੇ ਤਰ੍ਹਾਂ ਇਹ ਪੂਰੀ ਵੀ ਆਪਾਂ ਸਾਰੇ ਭੈਣ ਭਾਈ ਇਸ ਤਰ੍ਹਾਂ ਦੇ ਹਾਲਾਤ ਕੱਟੇ ਗਏ। ਜਿੱਥੋਂ ਤੱਕ ਇਸ ਪਰਿਵਾਰ ਦਾ ਸਵਾਲ ਹੈ, ਮਹਿਤਾ ਸਾਹਿਬ ਦੇ ਪਰਿਵਾਰ ਦੇ ਨਾਮ ਨੂੰ ਪਤਾ ਪੰਜਾਬ ਦੀ ਦੁਨੀਆ ਜਾਣਦੀ ਸੀ ਕਿ ਸ਼ਖਸੀਅਤ ਕਿਸ ਤਰ੍ਹਾਂ ਦਾ ਇਸ ਪਰਿਵਾਰ ਦਾ ਰੁਤਬਾ ਬਹੁਤ ਉੱਚੇ ਹੁੰਦੇ। ਇਹਨਾਂ ਹਾਲਾਤਾਂ 'ਚ ਜਾ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਪਹਿਲਾਂ ਬੁਲਾਰਿਆਂ ਨੇ ਦੱਸਿਆ, ਮੇਰਾ ਵੀਰ ਸੁੱਖੀ ਉਹੀ ਸੋਚ ਲੈ ਕੇ ਬਹੁਤ ਮਿਹਨਤ ਨਾਲ ਸਾਡਾ ਸਾਥੀ ਬਣ ਕੇ ਬਹੁਤ ਰਹੇ, ਕਿਉਂਕਿ ਜਦੋਂ ਤਕਰੀਬਨ ਇਸ ਸਰੀਰ ਵੇਚਦੇ ਹਾਂ ਤਾਂ ਹਰ ਬੰਦੇ ਦੀ ਤਰੀਰ ਤੁਸੀਂ ਦੇਖਦੇ ਬੰਦੇ ਨਾਲ ਵਰਤਦੇ ਹੋ, ਉੱਥੋਂ ਇਨਸਾਨ ਨੂੰ ਤੁਸੀਂ ਪਤਾ ਲੈ ਬਹੁਤ ਹੀ ਉੱਚੀ ਅਤੇ ਚੰਗੀ ਸੋਚ ਲੈ ਕੇ ਚੱਲੇ ਹੋਏ। ਅੱਜ ਪਰਿਵਾਰ ਦਾ ਸਵਾਲ ਹੈ, ਬਹੁਤ ਛੋਟੀ ਉਮਰ 'ਚ ਸਰਦਾਰ ਸਾਹਿਬ ਇਸ ਦੁਨੀਆ ਤੋਂ ਚਲੇ ਗਏ, ਅਤੇ ਕਿਸੇ ਵੀ ਉਮਰ 'ਚ ਕਿਸੇ ਪਰਿਵਾਰ ਦੇ ਜੀਵਨ ਦਾ ਘੱਟਾ ਪੂਰਾ ਨਹੀਂ ਹੋ ਸਕਦਾ, ਅਤੇ ਜਦੋਂ ਜਦੋਂ ਸਮਾਂ ਬੀਤਦਾ ਪਰ ਇਸ ਸਾਰੀਆਂ ਚੀਜ਼ਾਂ 'ਚ ਜਿੱਥੇ ਗੁਰੂ ਸਾਹਿਬ ਤੋਂ ਉਪਾਸਨਾ ਲੈਂਦੇ ਹਾਂ ਪਰਮਾਤਮਾ ਇਸ ਦਾ ਕਹਿੰਦਾ ਕਿ ਉਹ ਉਸਦੇ ਉਪਾਸ ਵਿੱਚ ਪੂਰੀ ਉਹ ਫਰਕ ਕਰਕੇ ਚਲੀ ਗਈ, ਤਾਂ ਜੋ ਚੱਕਰ ਪੈਂਦਾ ਉਹਨਾਂ ਠੀਕ ਵੀ ਹੋ ਗਿਆ। ਸੋ ਤੁਹਾਡੇ ਸਾਰੇ ਸ਼ਾਮਿਲ ਹੋ ਕੇ ਅੱਜ ਇਹ ਸਰਦਾਰ ਸ਼ਾਮਿਲ ਹੋ ਗਏ, ਸਰਦਾਰ ਸੁਖਿੰਦਰ ਸਿੰਘ
आपके चरणों की नमाज करते हैं। पिछले रहे परिवार हिम्मत हौसले समाज तरक्की करने काम करने के इन्हें कहना चाहना वाहेगुरु जी का खालसा वाहेगुरू जी की।